ਛੇ ਸੌ ਰੁਪਇਆ ਲੈਂਦਾ ਵਰੀ ਕਰਾ ਦਾਂਗੇ
ਜਿੱਦਣ ਤਰੀਕ ਪਵੇ ਨਾ ਇੱਕ ਗੱਲ ਯਾਦ ਰੱਖੀ ਮੈਂ ਕਿਹੜੀ ਕਹਿੰਦਾ ਜੱਟ ਸਾਹਿਬ ਤੈਨੂੰ ਕੋਈ ਵੀ ਗੱਲ ਪੁੱਛਣ ਹੋਰ ਕਹਿ ਛੱਡਿਆ ਮੈਂ ਕਿਹਾ ਆਪਾਂ ਕੋਈ ਬੜੀ ਗੱਲ ਨਹੀਂ ਤਾਂ ਯਾਦ ਰਹੂ ਤਰੀਕ ਪੈ ਗਈ ਅੰਦਰ ਆਵਾਜ਼ ਪੈ ਗਈ ਅਜਮੇਰ ਸਿੰਘ ਹੋ ਮੁਰਗੀ ਦਾ ਕਤਲ ਲੋਕ ਬੜੇ ਹੈਰਾਨ ਕਹਿੰਦੇ ਬੰਦਾ ਬੰਦਾ ਬੱਲਾ ਪਹਿਲੇ ਦਿਨ ਏਦਾਂ ਬੜਾ ਡਕੈਤ ਦੇਖਿਆ ਇਹ ਕਿਹੜਾ ਮੁਰਗੀ ਦਾ ਕਤਲ ਲੈ ਦੇਖੋ ਜੀ ਕੋਈ ਬੰਦੇ ਦਾ ਕਤਲ ਹੋਣਾ ਕੋਈ ਹੋਰ ਕੇਸ ਦੇ ਵਿੱਚ ਫਸਿਆ ਹੋਣਾ ਆਹ ਪਹਿਲੇ ਦਿਨ ਦੇਖਿਆ ਏਡਾ ਬੜਾ ਡਕੈਤ ਤੇ ਅੰਦਰ ਗਿਆ ਮੈਨੂੰ ਜੱਜ ਸਾਹਿਬ ਪੁੱਛਦੇ ਕਹਿੰਦੇ ਤੈਂ ਮੁਰਗੀ ਮਾਰਤੀ ਮੈਂ ਕਿਹਾ ਹੁਰ ਉਹ ਕਹਿੰਦੇ ਪਾਗਲ ਮੈਂ ਕਿਹਾ ਹੁਰ ਉਹ ਕਹਿੰਦਾ ਠੀਕ ਹੋ ਕੇ ਖੜੋ ਮੈਂ ਕਿਹਾ ਹੁਰ ਉਹ ਕਹਿੰਦੇ ਬਲਾ ਪੁਲਿਸ ਵਾਲੇ ਇਹਨਾਂ ਨੂੰ ਪੱਟਾ ਦੱਬ ਕੇ ਮੈਂ ਕਿਹਾ ਹੁਰ ਉਹ ਕਹਿੰਦਾ ਤੈਂ ਮੁਰਗੀ ਮਾਰੀ ਆ ਮੈਂ ਕਿਹਾ ਹੁਰ ਉਹ ਕਹਿੰਦਾ ਇਹਨੂੰ ਪੱਟਾ ਦੱਬ ਕੇ ਮੈਂ ਕਿਹਾ ਹੁਰ ਉਹ ਕਹਿੰਦਾ ਤੈਂ ਪਾਗਲ ਹੈ ਕੋਈ ਪਾਗਲ ਫੜ ਲੈਂਦੇ ਮੈਂ ਕਿਹਾ ਹੁਰ ਕਹਿੰਦਾ ਮਾਰੋ ਧੱਕੇ ਕੱਢੋ ਇਹਨੂੰ ਵਿੱਚ ਇਹਦੀ ਮੈਂ ਫੜ ਤੇ ਮਾਰੇ ਧੱਕੇ ਕਿ ਚਾਹੀਦੇ ਤੋਂ ਬਾਹਰ ਮੈਂ ਕਿਹਾ ਬਣ ਗਿਆ ਕੰਮ ਚੱਲੀਏ ਬਾਹਰ ਤੇ ਮੈਂ ਮੁਰਗ ਨੂੰ ਫਟਾਫਟ ਫਟਫਟ ਮਹਾਂ ਨਿਕਲ ਜਾਈਏ ਜਲਦੀ ਤੇ ਮੈਂ ਤੁਰਿਆ ਜਾ ਰਿਹਾ ਪਿੱਛੇ ਵਕੀਲ